ਤੇ ਹੁਣ ਮੈਂ ਹਾਈ ਸਰਕਾਰ ਸਿੱਖ ਕੌਮ ਨੂੰ ਅਪੀਲ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਸਿੱਖਾਂ ਨੂੰ ਕਿ ਕੱਲ ਨੂੰ ਜੇ ਕੋਈ ਭਾਣਾ ਵਾਪਰਦਾ ਹੈ ਸ਼ਹਾਦਤ ਹੁੰਦੀ ਆ ਫਿਰ ਅਸੀਂ ਜਾ ਕੇ ਉੱਥੇ ਬੜਾ ਪ੍ਰਚਾਰ ਕਰਾਂਗੇ ਬੜਾ ਯੋਧਾ ਸੀ ਬੜਾ ਚੜ੍ਹਦੀ ਕਲਾ ਵਾਲਾ ਸੀ ਤੇ ਬੜਾ ਕੁਛ ਗੱਲਾਂ ਕਰਨੀਆਂ ਸੀ ਜੀ ਫਿਰ ਹੁਣ ਕੌਮ ਨੂੰ ਉਹ ਜੀਂਦਾ ਭਾਈ ਅੰਮ੍ਰਿਤਪਾਲ ਸਿੰਘ ਚੜ੍ਹਦੀ ਜੇ ਅੱਜ ਆਪਾਂ ਕੌਮ ਮਗਰ ਆਵਾਜ਼ ਉਠਾਵਾਂਗੇ ਤੇ ਬਾਹਰ ਆ ਜਾਊਗਾ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਜਥੇਦਾਰ ਦੀ ਗੱਲ ਕਰਦੇ ਹੋ ਜਾਂ ਪੰਥਕ ਲੀਡਰ ਹੈਗੇ ਨੇ ਇਹ ਪੰਥਕ ਹੈਗੇ ਨੇ ਜਾਂ ਇਹ ਸਰਕਾਰੀ ਹੈਗੇ ਨੇ ਤੁਹਾਨੂੰ ਕਿਵੇਂ ਲੱਗਦੇ ਆ ਵੇਖੋ ਜੀ ਪੰਥ ਤਾਂ ਲੀਡਰ ਪੰਥਕ ਲੀਡਰ ਹੁੰਦੇ ਵੀ ਜਿਹੜੇ ਕੌਮ ਚੁਣੇ ਜੀ ਪੰਥ ਦੇ ਸਰਬੰਧ ਖਾਲਸਾ ਸਾਡੇ ਸਿੰਘਾਂ ਨੇ ਪਹਿਲਾਂ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਸਿੰਘ ਜੰਗਲਾਂ ਰਹਿੰਦੇ ਸਰਬੱਤ ਖਾਲਸਾ ਕਰਕੇ ਵਿਚਾਰ ਕਰਕੇ ਜਥੇਦਾਰ ਚੁਣਦੇ ਸੀ ਜੀ ਤੇ ਬਾਅਦ ਵਿੱਚ ਸਾਰੀ ਕੌਮ ਇਕੱਠੀ ਹੋ ਕੇ ਜਿਹੜਾ ਫੈਸਲਾ ਲੈਂਦੀ ਸੀ ਚਾਹੇ ਦਮਦਮਾ ਸਾਹਿਬ ਇਕੱਠੇ ਹੁੰਦੇ ਸੀ ਚਾਹੇ ਆਨੰਦਪੁਰ ਸਾਹਿਬ ਇਕੱਠੇ ਹੁੰਦੇ ਸੀ ਚਾਹੇ ਸ੍ਰੀ ਦਰਬਾਰ ਸਾਹਿਬ ਇਕੱਠੀ ਹੁੰਦੀ ਸੀ ਜੀ ਇਹ ਤਿਉਹਾਰ ਆਪਣੀ ਦੀਵਾਲੀ ਆਪਣੀ ਵਿਸਾਖੀ ਹੋਲਾ ਮੁਹੱਲਾ ਤਾਂ ਹੀ ਰੱਖੇ ਸੀ ਜੀ ਉੱਥੇ ਸਰਬੱਤ ਖਾਲਸੇ ਹੁੰਦੇ ਸੀ ਤੇ ਸਰਬੱਤ ਖਾਲਸੇ ਚ ਕੌਮ ਨੂੰ ਪੰਥ ਨੂੰ ਅੱਗੇ ਲਿਜਾਉਣ ਨੂੰ ਉੱਥੇ ਵਿਚਾਰਾਂ ਬਣਾਈਆਂ ਜਾਂਦੀਆਂ ਸੀ ਜੀ ਫਿਰ ਹੁਣ ਕਿਹੜੇ ਜਥੇਦਾਰ ਹੈਗੇ ਨੇ ਇੱਕ ਧਿਰ ਦੇ ਹੈਗੇ ਨੇ ਬਾਦਲ ਪਰਿਵਾਰ ਦੇ ਹੈਗੇ ਬਾਦਲ ਪਰਿਵਾਰ ਜਿਹਨੂੰ ਜੀ ਕਰਦਾ ਕਿਹੜੇ ਮੁਲਾਜ਼ਮ ਨੂੰ ਚੁੱਕ ਕੇ ਜਥੇਦਾਰ ਲਾ ਦਿੰਦਾ ਹੈ ਪਾਲਤਾ ਕਰਨ ਤੇ ਆਪਾਂ ਕਿਹੜੇ ਨੌਜਵਾਨ ਸਿੰਘ ਭੁੱਖ ਹੜਤਾਲ ਤੇ ਬੈਠਾ ਹੋਇਆ ਪਰਿਵਾਰ ਜਿਹੜੇ ਇੱਕ ਸਾਲ ਤੋਂ ਸਾਲ ਦਾ ਸਮਾਂ ਹੋ ਚੱਲਿਆ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਜੀ ਜੀ ਉਹਨਾਂ ਸਾਰਿਆਂ ਦੀ ਜੇ ਕੌਮ ਨੇ ਪਿਆਰਵੇ ਨਹੀਂ ਕੀਤੀ ਤੇ ਕੱਲ੍ਹ ਨੂੰ ਕੋਈ ਕੌਮ ਲਈ ਸੰਘਰਸ਼ ਕਰਨ ਨੂੰ ਨੌਜਵਾਨ ਕਰ ਫਿਰ ਦੀ ਕੋਈ ਜ਼ਰੂਰਤ ਨਹੀਂ ਕਰਿਆ ਕਿ ਮੇਰੇ ਪਿੱਛੇ ਕਿਹੜਾ ਮੇਰਾ ਪਰਿਵਾਰ ਬੱਚੇ ਕੱਲ੍ਹ ਸੇਧ ਲੈ ਲੈਣਾ 84 ਦਾ ਸੰਘਰਸ਼ ਕਿਉਂ ਫੇਲ ਹੋਇਆ ਵੀ ਇਸੇ ਕਰਕੇ ਫੇਲ ਹੋਇਆ ਮਗਰੋਂ ਕਿਸੇ ਨੇ ਪੈਰਵੇ ਨਹੀਂ ਕੀਤੀ ਆਪੋ ਦੇ ਕਫਨ ਜਰਨੈਲ ਸਿੰਘ ਸ਼ਹਾਦਤ ਹੋ ਗਈ ਉਦੋਂ ਮਗਰੋਂ ਕਿਸੇ ਨੇ ਪੈਰਵੇ ਨਹੀਂ ਕੀਤੀ ਤੇ ਸਿੰਘਾਂ ਦੇ ਪਰਿਵਾਰਾਂ ਦੇ ਬੜੇ ਮੰਦੇ ਹਾਲ ਹੈਲੋ ਪ੍ਰਧਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਸ਼ਾਨ ਸਿੰਘ ਜੀ ਪ੍ਰਧਾਨ ਸਾਹਿਬ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਸਵਾਗਤ ਹੈ ਭਾਈ ਸਾਹਿਬ ਜਥੇਬੰਦੀ ਵੱਲੋਂ ਪ੍ਰਧਾਨ ਸਾਹਿਬ ਤੁਸੀਂ ਇੱਕ ਵਾਰੀ ਸੰਗਤਾਂ ਨੂੰ ਆਪਣਾ ਨਾਮ ਤੇ ਜਥੇਬੰਦੀ ਦੱਸ ਦਿਓ ਜੀ ਦਾਸ ਲਖਵੀਰ ਸਿੰਘ ਮਹਾਲਮ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦਾ ਸੇਵਾਦਾਰ ਜੀ ਤੇ ਪ੍ਰਧਾਨ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਦੇ ਜਿਹੜੇ ਲੰਬੇ ਸਮੇਂ ਤੋਂ ਸਿੱਖ ਕੈਦੀ ਹੈਗੇ ਨੇ ਜੇਲ੍ਹਾਂ ਦੇ ਵਿੱਚ ਹਾਂਜੀ ਹਾਂਜੀ 32-32 ਸਾਲ ਤੋਂ 28-28 ਸਾਲ ਤੋਂ ਬੰਦ ਹੈਗੇ ਨੇ ਜਿਵੇਂ ਤਿਹਾੜ ਜੇਲ੍ਹ ਹੋ ਗਿਆ ਹੋਰ ਵੀ ਕਈ ਜਿਹੜੀਆਂ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਸਿੱਖ ਕੈਦੀ ਬੰਦ ਹੈਗੇ ਨੇ ਬਿਲਕੁਲ ਸੋ ਪਿਛਲੇ ਸਾਲ ਦੇ ਵਿੱਚ ਹੀ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਪੰਜਾਬ ਨਹੀਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ ਹਾਂਜੀ ਅਤੇ ਸਰਕਾਰ ਹਾਲੇ ਵੀ ਉਹਨਾਂ ਤੇ ਹੋਰ ਪਰਚੇ ਦਰਜ ਕਰ ਰਹੀ ਹੈ ਤੁਹਾਡਾ ਕੀ ਕਹਿਣਾ ਜੀ ਮੈਂ ਹੁਣੇ ਨੇ ਇੱਕ ਚੈਨਲ ਤੇ ਵੀਡੀਓ ਪਾਈ ਆ ਭੇਜੀ ਸੰਗਤਾਂ ਨੂੰ ਜੀ ਬੇਨਤੀ ਕੀਤੀ ਆ ਜੀ ਜੋ ਕਿ ਭਾਈ ਅੰਮ੍ਰਿਤਪਾਲ ਪੰਜਾਬ ਦਾ ਨੌਜਵਾਨ ਸੀ ਉਹਨੇ ਪੰਜਾਬ ਦੀ ਧਰਤੀ ਤੇ ਇੱਕ ਜਥੇਬੰਦੀ ਵਾਰਸ ਪੰਜਾਬ ਦੀ ਬਣਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਲੋਕਾਂ ਨੂੰ ਅੰਮ੍ਰਿਤ ਨਾਲ ਜੋੜਿਆ ਤੇ ਨਸ਼ਿਆਂ ਤੋਂ ਦੂਰ ਕਰਨਾ ਚਾਹੁੰਦਾ ਸੀ ਜੀ ਫਿਰ ਇੱਥੋਂ ਦੀਆਂ ਸਰਕਾਰਾਂ ਨੂੰ ਗੱਲ ਹਜ਼ਮ ਨਹੀਂ ਹੋਈ ਦੇਸ਼ ਦੀਆਂ ਏਜੰਸੀਆਂ ਨੂੰ ਗੱਲ ਹਜ਼ਮ ਨਹੀਂ ਹੋਈ ਜੀ ਉਹਦੇ ਤੇ ਝੂਠੀ ਕਹਾਣੀਆਂ ਬਣਾ ਕੇ ਪਰਚੇ ਦਰਜ ਕਰਾ ਕੇ ਇੱਥੋਂ ਦੇ ਪੰਜਾਬ ਦੇ ਐਮ ਪੀ ਹਰਸਿਮਰਤ ਕੌਰ ਬਾਦਲ ਵਰਗੇ ਪਾਰਲੀਮੈਂਟ ਵਿੱਚ ਜਾ ਕੇ ਬੋਲਦੇ ਆ ਹਾਂਜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਮਿਲੀ ਭੁਗਤ ਕਰਕੇ ਉਹਨੂੰ ਗ੍ਰਿਫਤਾਰ ਨਹੀਂ ਕਰਦੇ ਜੀ ਇੱਥੋਂ ਦੇ ਲੀਡਰਾਂ ਨੇ ਪੂਰਾ ਜ਼ੋਰ ਲਾ ਦਿੱਤਾ ਚਾਹੇ ਮਜੀਠੀਆ ਹੋਵੇ ਚਾਹੇ ਬਾਦਲ ਪਰਿਵਾਰ ਹੋਵੇ ਚਾਹੇ ਹੋਰ ਕੋਈ ਜਿੰਨੇ ਵੀ ਲੀਡਰ ਸੀ ਪੰਜਾਬ ਦੇ ਕਿਹੜੀ ਸਾਰੀਆਂ ਸਿਆਸੀ ਪਾਰਟੀਆਂ ਧਿਰਾਂ ਨੇ ਜੀ ਵੀ ਜਿੰਨਾ ਚਿਰ ਉਹਨੂੰ ਰੈਸਟ ਨਹੀਂ ਕਰਾਇਆ ਇੰਨਾ ਸਾਹ ਨਹੀਂ ਲਿਆ ਕਿਸੇ ਨੇ
ਜੀ ਤੇ ਹੁਣ ਉਸ ਟਾਈਮ ਵੀ ਸਿੰਘਾਂ ਨੇ ਮੋਰਚੇ ਲਾਏ ਤੇ ਇੱਥੇ ਸਿੰਘਾਂ ਨੂੰ ਚੁੱਕ ਕੇ ਜੇਲ੍ਹਾਂ ਵਿੱਚ ਬੰਦ ਕਰਤਾ, ਪਰਚੇ ਦਰਜ ਕੀਤੇ ਗਏ ਬੰਗਾਲੀ ਵਾਲੇ ਹੈਡ ਤੇ, ਸਿੰਘਾਂ ਤੇ ਝੂਠੇ ਪਰਚੇ ਕੀਤੇ ਗਏ ਤੇ ਗੱਡੀਆਂ ਆਵਾਮ ਭੰਨੇ ਗਏ। ਫਿਰ ਉੱਥੇ ਵੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਵੀ ਉਹਦੇ ਤੇ ਸ਼ਿੱਦਤ ਕੀਤਾ ਗਿਆ, ਜੋ ਸਿੱਖ ਨੂੰ ਤੰਬਾਕੂ ਨੂੰ ਹੱਥ ਲਾਉਣਾ ਮਨਾ ਕੀਤਾ ਸਿੱਖ ਰਹਿਤ ਮਰਿਆਦਾ ਦੇ ਵਿੱਚ। ਹਾਂਜੀ, ਜੇ ਉੱਥੋਂ ਖਬਰਾਂ ਆ ਰਹੀਆਂ ਨੇ ਉਹਨਾਂ ਨੂੰ ਤੰਬਾਕੂ ਆਪਣੇ ਖਾਣੇ ਦੇ ਵਿੱਚ ਤੰਬਾਕੂ ਪਾ ਕੇ ਦਿੱਤਾ ਜਾ ਰਿਹਾ ਸੀ, ਹੋਰ ਬੜੇ ਤਰ੍ਹਾਂ ਦੇ ਸ਼ਿੱਦਤ ਕੀਤੇ ਗਏ ਜੀ। ਹੁਣ ਵੀ ਜਦੋਂ ਉਹਨਾਂ ਨੇ NSE ਟੁੱਟਣ ਦੇ ਦਿਨ ਆ ਗਏ ਸੀ ਤੇ ਸਰਕਾਰ ਨੇ ਇੱਕ ਹੋਰ ਕਹਾਣੀ ਕੱਟੀ, ਉਹਨਾਂ ਦੇ ਬੈਰਕਾਂ ਦੇ ਵਿੱਚ ਕੈਮਰੇ ਵਗੈਰਾ, ਫੋਨ ਵਗੈਰਾ, ਹੋਰ ਕੋਈ ਸਮਾਨ ਰੱਖੇ ਆ। ਇਹ ਪ੍ਰਧਾਨ ਸਾਹਿਬ NSA ਦਾ ਸਮਾਂ ਕਿੰਨਾ ਹੈਗਾ ਸੀਗਾ ਭਲਾ? ਸਾਲ ਦੇ ਅੰਦਰ ਅੰਦਰ ਟੁੱਟ ਜਾਂਦੀ ਹੁੰਦੀ ਹੈ। ਅੱਛਾ ਅੱਛਾ, ਤੇ ਉਹ ਕਾਨੂੰਨ ਦੇ ਮੁਤਾਬਕ ਬਾਹਰ ਆਉਣਾ ਸੀ, ਸਰਕਾਰਾਂ ਨੇ ਹੋਰ ਕਹਾਣੀਆਂ ਬਣਾਈਆਂ ਵੀ ਪੰਜਾਬ ਦੇ ਲੀਡਰਾਂ ਨੂੰ ਗੱਲ ਉਹ ਹਜ਼ਮ ਨਹੀਂ ਹੋਈ ਜੀ। ਤੇ ਹੁਣ ਕਿਹੜੀ ਗੱਲ ਹੈਗੀ ਹੈ ਵੀ ਜਦੋਂ ਉਹਨਾਂ ਨੇ ਰੱਖ ਲਈ ਆ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਸਿੰਘਾਂ ਨੇ ਜੀ, ਤੇ ਇੱਧਰ ਉਹਨਾਂ ਦੀ ਮਾਤਾ ਨੇ ਔਰ ਸਿੰਘਾਂ ਦੇ ਪਰਿਵਾਰਾਂ ਨੇ ਜਿਹੜੇ ਸਿੰਘ ਜੇਲ੍ਹ ਦੇ ਵਿੱਚ ਬੰਦ ਨੇ, ਉਹਨਾਂ ਵੀ ਭੁੱਖ ਹੜਤਾਲ ਤੇ ਅੰਮ੍ਰਿਤਸਰ ਬਹਿ ਗਏ ਨੇ ਜੀ। ਤੇ ਹੁਣ ਕਿਹੜੀ ਗੱਲ ਹੈਗੀ ਹੈ ਵੀ ਕੱਲ ਅੱਜ ਖਬਰ ਆਈ ਉੱਥੋਂ ਕੋਈ ਸਿੰਘ ਉੱਥੇ ਜੇਲ੍ਹ ਦੇ ਵਿੱਚ ਪੋਚ ਹੋਏ ਨੇ ਜੀ ਡਿਬੜੂਗੜ੍ਹ, ਕੁਛ ਇੱਥੇ ਮਾਤਾਵਾਂ ਇੱਥੇ ਅੰਮ੍ਰਿਤਸਰ ਵੀ ਪੋਚ ਹੋ ਗਈਆਂ ਨੇ ਭੁੱਖ ਨਾਲ। ਹਾਂਜੀ, ਤੇ ਹੁਣ ਮੈਂ ਹਜੇ ਸਰਕਾਰ ਸਿੱਖ ਕੌਮ ਨੂੰ ਅਪੀਲ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ, ਸਿੰਘਾਂ ਨੂੰ, ਕਿ ਕੱਲ੍ਹ ਨੂੰ ਜੇ ਕੋਈ ਘਪਾਣਾ ਵਾਪਰਦਾ ਹੈ, ਸ਼ਹਾਦਤ ਹੁੰਦੀ ਆ, ਫਿਰ ਅਸੀਂ ਜਾ ਕੇ ਉੱਥੇ ਬੜਾ ਪ੍ਰਚਾਰ ਕਰਾਂਗੇ, ਬੜਾ ਯੋਧਾ ਸੀ, ਬੜਾ ਸਿੰਘ ਚੜ੍ਹਦੀ ਕਲਾ ਵਾਲਾ ਸੀ, ਬੜਾ ਕੁਛ ਗੱਲਾਂ ਕਰਨੀਆਂ ਸੀ ਜੀ। ਫਿਰ ਹੁਣ ਕੌਮ ਨੂੰ ਉਹ ਜੀਂਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਚੜ੍ਹਦੀ, ਜੇ ਅੱਜ ਆਪਾਂ ਕੌਮ ਮਗਰ ਆਵਾਜ਼ ਉਠਾਵਾਂਗੇ ਤੇ ਬਾਹਰ ਆਜੂਗਾ ਜੀ। ਤੇ ਮੈਂ ਕੱਲ੍ਹ ਨੂੰ ਵੀ ਇੱਕ ਇੱਥੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਪ੍ਰੋਗਰਾਮ ਰੱਖਿਆ, ਆਪਣੇ DC ਨੂੰ ਮੰਗ ਪੱਤਰ ਦੇਣਾ ਹੈ, ਮੁੱਖ ਮੰਤਰੀ ਪੰਜਾਬ ਦੇ ਨਾਂ ਤੇ, ਰਾਜਪਾਲ ਪੰਜਾਬ ਦੇ ਨਾਂ ਤੇ ਜੀ, ਇੱਕ DC ਅੰਮ੍ਰਿਤਸਰ ਨੂੰ ਕਹਿਣਾ ਹੈ ਜੀ ਭਾਈ ਇਹਨੂੰ ਜਲਦੀ ਜਲਦੀ, ਕੋਈ ਜ਼ੁਲਮ ਨਹੀਂ, ਕੋਈ ਸਕੀਨ ਪਰਚਾ ਨਹੀਂ ਗਾਉਂਦੇ ਤੇ, ਕੋਈ ਇਹਨੇ ਕੋਈ ਦੇਸ਼ ਧਰੋਹੀ ਵਾਲਾ ਕੰਮ ਨਹੀਂ ਕੀਤਾ, ਅੰਮ੍ਰਿਤਪਾਲ ਨੇ ਸਿੱਖੀ ਦਾ ਪ੍ਰਚਾਰ ਕੀਤਾ, ਹਰ ਸਿੱਖ ਦਾ ਫਰਜ਼ ਬਣਦਾ ਹੈ, ਤੁਹਾਨੂੰ ਕਿਹੜੇ ਜ਼ੁਲਮਾਂ ਦੇ ਅਧੀਨ ਤੁਸੀਂ ਮਤਲਬ ਕਿ ਜੇਲ੍ਹਾਂ ਦੇ ਵਿੱਚ ਬਾਹਰ ਦੀਆਂ ਜੇਲ੍ਹਾਂ 'ਚ ਬੰਦ ਕਰਕੇ ਰੱਖਿਆ ਹੋਇਆ ਹੈ ਜੀ, ਤੁਹਾਡੀ ਰਿਹਾ। ਕੱਲ੍ਹ ਮੰਗ ਪੱਤਰ ਦੇ ਕੇ ਇੱਕ ਸਰਕਾਰ ਤੋਂ ਮੰਗ ਕਰਾਂਗੇ, ਪ੍ਰਸ਼ਾਸਨ ਤੋਂ ਮੰਗ ਕਰਾਂਗੇ ਜੀ, ਜੇ ਫਿਰ ਵੀ ਨਹੀਂ ਰਿਹਾ ਕਰਦੇ ਫਿਰ ਅਗਲਾ ਕੌਮ ਨਾਲ ਸਲਾਹ ਕਰਕੇ ਵਿਚਾਰ ਕਰਕੇ ਅਗਲੇ ਸੰਘਰਸ਼ ਦਾ ਕੋਈ ਐਲਾਨ ਕਰਾਂਗੇ, ਸਿੱਖ ਕੌਮ ਇਕੱਠਾ ਕਰਕੇ ਫਿਰ ਅਗਲੇ ਸੰਘਰਸ਼ ਦਾ ਕੋਈ ਐਲਾਨ ਕਰਾਂਗੇ। ਪ੍ਰਧਾਨ ਸਾਹਿਬ ਅਗਲਾ ਸਵਾਲ ਹੈਗਾ ਕਿ ਬੰਦੀ ਸਿੰਘਾਂ ਦਾ ਮੋਰਚਾ ਪਿਛਲੇ 1.5 ਸਾਲ ਤੋਂ ਜਥੇਬੰਦੀਆਂ ਨੇ ਚੰਡੀਗੜ੍ਹ ਵਿਖੇ ਲਗਾਇਆ ਸੀਗਾ, ਪਰ ਕੁਝ ਹਾਸਲ ਹੁੰਦਾ ਦਿਖਾਈ ਨਹੀਂ ਦੇ ਰਿਹਾ, ਕੀ ਕਹੋਗੇ? ਹਾਸਲ ਵੀਰੇ ਗੱਲ ਇੱਦਾਂ ਹੈਗੀ ਹੈ ਵੀ ਕੌਮ ਜਿੰਨਾ ਚਿਰ ਇੱਕ ਪਲੇਟਫਾਰਮ ਦੇ ਇਕੱਠੀ ਨਹੀਂ ਹੁੰਦੀ ਨਾ ਜੀ, ਕੌਮ ਇਕੱਠੀ ਹੋ ਕੇ ਸੰਘਰਸ਼ ਲੜੇ, ਹਰ ਨੌਜਵਾਨ ਦਾ ਫਰਜ਼ ਬਣਦਾ। ਚਲੋ ਕਿਸਾਨੀ ਵੀ ਸਾਡੀਆਂ ਜਾਇਜ਼ ਮੰਗਾਂ ਦੇ, ਸਾਡੇ ਹੱਕਾਂ ਲਈ ਲੜਦੇ ਪਏ ਕਿਸਾਨ ਵੀਰ, ਲੜਦੇ ਪਏ ਨੇ ਜੀ। ਉੱਥੇ ਸਾਰੇ ਕਿਸਾਨ ਪਿੰਡਾਂ ਚੋਂ ਟਰਾਲੀਆਂ ਭਰ ਕੇ ਟਰੈਕਟਰਾਂ ਤੇ ਜਾ ਕੇ ਬਹਿ ਰਹੇ ਨੇ, ਜਾ ਰਹੇ ਨੇ, ਚਲੋ ਉਹ ਵੀ ਜਾਇਜ਼ ਮੰਗ ਹੈ, ਉਹ ਕੋਈ ਨਜਾਇਜ਼ ਨਹੀਂ ਕਿਸਾਨਾਂ ਦੀ, ਮੈਂ ਕਹਿੰਦਾ ਨਜਾਇਜ਼ ਆ ਜੀ। ਪਿੱਛੇ ਸਾਡੇ ਕਿਤੇ ਸਾਡੀ ਕੌਮ ਦੇ ਸਿੰਘ ਆਵਾਜ਼ ਦਿੰਦੇ ਸੀ, ਕਿਸੇ ਟਾਈਮ ਦਿਨ ਹੁੰਦਾ ਸੀ ਵੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਆਉਂਦੇ ਆ ਨੰਦੇੜ ਤੋਂ, ਗੁਰੂ ਗੋਬਿੰਦ ਸਿੰਘ ਮਹਾਰਾਜ ਭੇਜਦੇ ਆ ਜੀ ਜੀ, ਅੱਗੋਂ ਹਜ਼ਾਰਾਂ ਜਵਾਨੀਆਂ ਉੱਥੇ ਪਹੁੰਚਿਆ ਇਕੱਠੀਆਂ ਕਰਕੇ ਪਹੁੰਚ ਜਾਂਦੀਆਂ ਸੀ ਵੀ ਰਸਤੇ ਵਿੱਚੋਂ, ਰਸਤੇ ਵਿੱਚ ਮਿਲ ਜਾਂਦੇ ਸੀ ਜੇ ਸ਼ਾਮ ਸੇ ਟਾਰੀ ਚੱਲਦਾ ਹੈ ਉੱਥੋਂ ਅਰਦਾਸ ਕਰਕੇ ਆਪਦੇ ਨਗਰ ਤੋਂ, ਤੇ ਸਭਰਾਵਾਂ ਦੇ ਮੈਦਾਨ ਚ ਆਉਂਦਿਆਂ ਦੇ ਹਜ਼ਾਰਾਂ ਸਿੰਘ ਨਾਲ ਰਲ ਜਾਂਦੇ ਆ ਜੀ ਜੀ। ਤੇ ਕੌਮ ਨੂੰ ਲੋਕਾਂ ਦੇ ਮਨ ਚ ਇੰਨਾ ਜਜ਼ਬਾ ਸੀ, ਸਿੱਖਾਂ ਵਾਲੇ ਲੋਕਾਂ ਦੇ ਮਨ ਚ ਗੁਰੂ ਦਾ ਪਿਆਰ ਸੀਗਾ, ਲੋਕ ਸਿੰਘ ਲੜਦੇ ਸੀ ਜੀ ਜੀ ਬਿਲਕੁਲ। ਹੁਣ ਕਿਹੜਾ ਪਿਆਰ ਹੈ ਨਾ, ਮੈਂ ਸਮਝਣਾ ਵੀ ਸਿੱਖਾਂ ਦੇ ਮਨ ਚ ਘਟਿਆ ਹੈ, ਤੇ ਆਪਣੇ ਧਨ ਲਈ, ਆਪਣੀ ਦੌਲਤ ਲਈ, ਆਪਣੀਆਂ ਸ਼ੌਹਰਤਾਂ ਲਈ ਲੋਕ ਬਾਹਲੇ ਲੱਗੇ ਹੋਏ ਨੇ ਜੀ। ਇੱਕ ਉੱਥੇ ਇੱਕ ਮੈਂ ਹੋਰ ਵੀ ਗੱਲ ਕਰਨਾ ਚਾਹੁੰਦਾ ਜੀ,
ਵੀ ਕੁਛ ਸਾਡੇ ਲੀਡਰਾਂ ਦਾ ਹੀ ਉਹਦੇ 'ਚ ਗਨਾਹ ਹੈ ਜੀ ਜੀ ਲੀਡਰਾਂ ਦਾ ਗਨਾਹ ਇਸ ਤਰ੍ਹਾਂ ਵੀ ਜਿਹੜਾ ਵੀ ਮੋਰਚਾ ਲਾਉਂਦੇ ਆ ਮੋਰਚਾ ਸਿਰੇ ਨਹੀਂ ਲੱਗਦਾ ਉਹ ਮੋਰਚਾ ਵਿੱਚ ਹੀ ਛੱਡ ਕੇ ਤੇ ਆ ਜਾਂਦੇ ਨੇ ਕਿਉਂ ਨਹੀਂ ਸਿਰੇ ਲੱਗਦਾ ਜੀ ਸਿਰੇ ਦੋ ਪੱਲਾਂ ਨੇ ਵੀਰਿਆ ਇੱਕ ਤਾਂ ਸਾਡੇ ਸਿੰਘਾਂ ਨੂੰ ਕੋਈ ਬਾਹਲੀ ਸਰਕਾਰਾਂ ਬਹੁਤ ਉਹਨਾਂ ਦੇ ਦਿਮਾਗ ਬੜਾ ਸ਼ਾਤਰ ਦਿਮਾਗ ਨੇ ਸਰਕਾਰਾਂ ਬੜਾ ਸ਼ਾਤਰ ਦਿਮਾਗ ਨੇ ਬੜਾ ਉਹਨਾਂ ਵਿੱਚ ਏਜੰਸੀਆਂ ਕੰਮ ਕਰਦੀਆਂ ਨੇ ਉਹਨਾਂ ਨੂੰ ਬੜੇ ਮਿੱਠੇ ਲਾਲਚ ਅਕਾਲ ਤਖ਼ਤ 'ਤੇ ਪਹੁੰਚ ਜਾਂਦੇ ਆ ਜਥੇਦਾਰਾਂ ਨੂੰ ਭੇਜ ਦਿੰਦੇ ਆ ਤੁਸੀਂ ਜਾ ਕੇ ਮੋਰਚਾ ਕਦੋਂ ਬਾਦਲ ਸਰਕਾਰ ਸੀ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਜੀ ਉਦੋਂ ਜਥੇਦਾਰਾਂ ਨੂੰ ਪਹੁੰਚਤਾ ਬਾਦਲ ਸਰਕਾਰ ਸੀ ਉਹਨੇ ਜਥੇਦਾਰ ਭੇਜਤੇ ਸਾਰੇ ਜੀ ਵੀ ਉਹਨਾਂ ਮੋਰਚਾ ਵਿੱਚ ਛਡਾਤਾ ਬੰਦੀ ਸਿੰਘਾਂ ਦਾ ਅਤੇ ਖੀਰੀ ਉਹਨੂੰ ਵਿਚਾਰੇ ਨੂੰ ਟੈਂਕੀ ਤੋਂ ਛਾਲ ਮਾਰ ਕੇ ਉਹਦੀ ਜੀਵਨ ਲੀਲਾ ਖਤਮ ਕਰੀ ਸਰਕਾਰ ਆਪਦਾ ਪਾਲਿਸੀ ਬਚਾ ਗਈ ਜੀ ਜੇ ਤੇ ਭਾਈ ਧਿਆਨ ਸਿੰਘ ਮੰਡ ਨੇ ਮੋਰਚਾ ਲਾਇਆ ਜੀ ਉਦੋਂ ਸਾਰੇ ਸਰਕਾਰ ਨੇ ਆਪਣੇ ਮੰਤਰੀ ਭੇਜਤੇ ਇਕੱਠੇ ਰੋਜ਼ ਮੰਤਰੀ ਆਉਂਦਾ ਸੀ ਰੋਜ਼ ਮੰਤਰੀ ਆਉਂਦਾ ਸੀ ਆਹੀ ਮੰਗਾਂ ਮੰਨਲੀਆਂ ਆਹੀ ਮੰਗਾਂ ਮੰਨਲੀਆਂ ਫਿਰ ਉਹ ਮੰਗ ਕੋਈ ਉਹਨਾਂ ਪੂਰੀ ਨਹੀਂ ਕੀਤੀ ਤੇ ਉਹ ਲੋਕਾਂ ਦਾ ਨੌਜਵਾਨਾਂ ਦਾ ਉਹ ਗਨਾਹ ਤੁਸੀਂ ਸਰਕਾਰ ਦਾ ਹੈ ਪਰ ਨੌਜਵਾਨਾਂ ਨੂੰ ਉਹ ਮਨ ਤੋਂ ਬੜਾ ਵਿਸ਼ਵਾਸ ਟੁੱਟ ਜਾਂਦਾ ਵੀ ਫਿਰ ਸਾਨੂੰ ਇਹ ਹਰਫਾ ਵੇਚਿਆ ਜਾਂਦਾ ਹੈ ਜੀ ਜੀ ਇਹ ਗੱਲ ਇਹਨਾਂ 'ਚ ਇਹ ਗੱਲਾਂ ਮੈਂ ਚਾਹ ਰਿਹਾ ਸਮਝਣਾ ਵੀ ਜਿਹੜੇ ਨੌਜਵਾਨ ਆ ਜਾਂ ਕਿਹੜਾ ਮੋਰਚਾ ਲਾਉਂਦਾ ਉਹਨੂੰ ਉਹ ਥੋੜ੍ਹਾ ਭੋਲਾ ਹੁੰਦਾ ਹੈ ਤੇ ਸਰਕਾਰਾਂ ਬਹੁਤ ਛੱਤ ਟਮਾਕ ਹੁੰਦੀਆਂ ਨੇ ਉਹ ਛੱਤ ਟਮਾਕ ਵਰਤ ਕੇ ਆਪਦਾ ਮਿੱਠੇ ਪਿੰਡ ਗੱਲਾਂ ਕਰਕੇ ਉਹ ਮੋਰਚਾ ਕਰੀ ਚੁਕਾ ਦਿੰਦੇ ਨੇ ਤੇ ਬਾਅਦ ਵਿੱਚ ਸਿੰਘ ਪੱਠੇ ਨਹੀਂ ਹੁੰਦੇ ਉਹਦੇ ਪਿੱਛੇ ਮੈਂ ਤਾਂ ਇਹ ਵੇਖਿਆ ਵੀ ਸਾਰੇ ਮੋਰਚੇ ਕਿੱਥੇ ਵੀ ਮੋਰਚਾ ਲੱਗਾ ਇਹੀ ਗੱਲ ਦਾ ਹੱਲ ਨਿਕਲਿਆ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਜਥੇਦਾਰ ਦੀ ਗੱਲ ਕਰਦੇ ਹੋ ਜਾਂ ਪੰਥਕ ਲੀਡਰ ਹੈਗੇ ਨੇ ਇਹ ਪੰਥਕ ਹੈਗੇ ਨੇ ਜਾਂ ਇਹ ਸਰਕਾਰੀ ਹੈਗੇ ਨੇ ਤੁਹਾਨੂੰ ਕਿਵੇਂ ਲੱਗਦੇ ਆ ਵੇਖੋ ਜੀ ਪੰਥ ਤਾਂ ਲੀਡਰ ਪੰਥਕ ਲੀਡਰ ਉਹ ਹੁੰਦੇ ਵੀ ਜਿਹੜੇ ਕੌਮ ਚੁਣੇ ਜੀ ਪੰਥ ਦੇ ਸਰਬੱਤ ਖਾਲਸਾ ਸਾਡੇ ਸਿੰਘਾਂ ਨੇ ਪਹਿਲਾਂ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੋਂ ਸਿੰਘ ਜੰਗਲਾ ਰਹਿੰਦੇ ਸਰਬੱਤ ਖਾਲਸਾ ਕਰਕੇ ਵਿਚਾਰ ਕਰਕੇ ਜਥੇਦਾਰ ਚੁਣਦੇ ਸੀ ਜੀ ਤੇ ਬਾਅਦ ਵਿੱਚ ਸਾਰੀ ਕੌਮ ਇਕੱਠੀ ਹੋ ਕੇ ਜਿਹੜਾ ਫੈਸਲਾ ਲੈਂਦੀ ਸੀ ਚਾਹੇ ਦਮਦਮਾ ਸਾਹਿਬ ਇਕੱਠੇ ਹੁੰਦੇ ਸੀ ਚਾਹੇ ਆਨੰਦਪੁਰ ਸਾਹਿਬ ਇਕੱਠੇ ਹੁੰਦੇ ਸੀ ਚਾਹੇ ਦਰਬਾਰ ਸਾਹਿਬ ਇਕੱਠੀ ਹੁੰਦੀ ਸੀ ਜੀ ਇਹ ਦਵਾਰ ਆਪਣੀ ਦੀਵਾਲੀ ਆਪਣੀ ਵਿਸਾਖੀ ਹੋਲਾ ਮੁਹੱਲਾ ਤਾਂ ਹੀ ਰੱਖੇ ਸੀ ਜੀ ਉੱਥੇ ਸਰਬੱਤ ਖਾਲਸੇ ਹੁੰਦੇ ਸੀ ਤੇ ਸਰਬੱਤ ਖਾਲਸੇ ਚ ਕੌਮ ਨੂੰ ਪੰਥ ਨੂੰ ਅੱਗੇ ਲਿਜਾਉਣ ਨੂੰ ਉੱਥੇ ਵਿਚਾਰਾਂ ਬਣਾਈਆਂ ਜਾਂਦੀਆਂ ਸੀ ਜੀ ਫਿਰ ਹੁਣ ਕਿਹੜੇ ਜਥੇਦਾਰ ਹੈਗੇ ਨੇ ਇੱਕ ਧਿਰ ਦੇ ਹੈਗੇ ਨੇ ਬਾਦਲ ਪਰਿਵਾਰ ਦੇ ਹੈਗੇ ਉਹ ਬਾਦਲ ਪਰਿਵਾਰ ਜਿਹਨੂੰ ਜੀ ਕਰਦਾ ਕਿਹੜੇ ਮੁਲਾਜ਼ਮ ਨੂੰ ਚੁੱਕ ਕੇ ਜਥੇਦਾਰ ਲਾ ਦਿੰਦਾ ਹੈ ਕਿਹੜੇ ਮੁਲਾਜ਼ਮ ਨੂੰ ਲਾ ਕੇ ਦੂਜੇ ਤਖ਼ਤ ਦੂਜੀ ਤਖ਼ਤ ਬਦਲ ਦਿੰਦਾ ਹੈ ਪ੍ਰਧਾਨ ਸਾਹਿਬ ਲੰਬਾ ਸਮਾਂ ਹੋ ਗਿਆ ਕੌਮ ਗੱਲ ਨੂੰ ਸਮਝਦੀ ਕਿਉਂ ਨਹੀਂ ਹੈ ਵੇਖਣਾ ਗੱਲ ਨੂੰ ਸਮਝਣ ਦੀ ਗੱਲ ਹੈਗੀ ਵੀ ਸਾਡੇ ਕਿੱਦਾਂ ਜਿਹਾ ਗੁਰੂ ਦਾ ਅੰਦਰ ਅੰਮ੍ਰਿਤ ਨਹੀਂ ਛਕਦੇ ਪਾਣੀ ਤੇ ਪਾਣੀ ਦਾ ਧਾਰਨੀ ਨਹੀਂ ਹੁੰਦੀ ਕੌਮ ਬਿਲਕੁਲ ਜੀ ਬਿਲਕੁਲ ਨਿਤਨੇਮ ਦੀ ਧਾਰਨੀ ਨਹੀਂ ਹੁੰਦੀ ਗੁਰੂ ਦੀ ਮਰਿਆਦਾ ਤੇ ਨਹੀਂ ਪਤਾ ਲੱਖਦੇ ਰੱਖਦੇ ਜੀ ਉਹਨਾਂ ਚਿਰ ਕੌਮ ਨੂੰ ਇਕੱਠਾ ਹੋਣਾ ਕਦੋਂ ਸਿੱਖ ਨਿਤਨੇਮ ਕਰੇਗਾ ਜੀਵਨ ਬਣੇਗਾ ਗੁਰੂ ਪ੍ਰਤੀ ਸਿੱਖ ਦਾ ਕਿਹੜਾ ਹਿਰਦਾ ਢਲੇਗਾ ਉਦੋਂ ਹੀ ਸਾਡੀ ਕੌਮ ਇਕੱਠੀ ਹੋ ਸਕਦੀ ਹੈ ਜੀ ਤੇ ਇਹ ਗੱਲਾਂ ਸਾਰੀਆਂ ਹੈਗੀਆਂ ਵੀ ਉਹ ਲੀਡਰ ਕੌਮ ਲੀਡਰਲੈਸ ਹੋ ਗਈ ਆ ਜੀ ਲੀਡਰ ਸਾਰੇ ਸਰਕਾਰਾਂ ਦੀ ਝੂਠੀਆਂ ਚ ਪੈ ਚੁੱਕੇ ਨੇ ਕੋਈ ਆਂਦਾ ਮੈਂ ਭਾਜਪਾ ਰਲ ਜਾਂਦਾ ਦੂਜਾ ਕਹਿੰਦਾ ਮੈਂ ਅਕਾਲੀ ਦਲ ਵੱਖਰਾ ਬਣਾ ਲੈਂਦਾ ਇਸ ਕਰਕੇ ਕਹਿੰਦਾ ਯਾਰ ਨੌਜਵਾਨ ਇਸ ਗੱਲ ਸਮਝਦਾ ਨੀ ਸਾਡਾ ਪੰਜਾਬ ਦਾ ਮਤਲਬ ਹੈ ਕਿ ਮੌਜੂਦਾ ਜਿਹੜਾ ਲੀਡਰ ਕੌਮ ਦਾ ਹਾਲੇ ਕੋਈ ਨਹੀਂ ਹੈਗਾ ਲੀਡਰ ਕਿਹੜੇ ਕਹਿੰਦਾ ਮਨ ਚ ਤਰਤਾ ਕਿ ਨੌਜਵਾਨ ਕਿਹੜੇ ਚੰਗੇ ਸੇਵਾ ਕਰ ਰਹੇ ਨੇ ਕਿਹੜੇ ਦੀਪ ਸਿੱਧੂ ਵਰਗੇ ਸੀ ਜਾਂ ਹੋਰ ਕਈ ਹੋ ਜੇ ਦੀਪ ਸਿੱਧੂ ਤਾਂ ਚਲੋ ਨੇ ਇੱਕ ਨੌਜਵਾਨ ਸੀਗਾ ਹੋਰ ਕਈ ਲੀਡਰ ਸੀਗੇ ਉਹ ਕਿੰਨਾ ਵਧੀਆ ਮਤਲਬ ਪੰਥ ਦੇ ਵੈਸੇ ਸ਼ਰਾ ਇੰਨਾ ਛੇਕ ਦਿੱਤਾ ਕੁਛ ਇੱਕ ਅਦੁਕਾ ਹੈ ਨਹੀਂ ਭਾਵੇਂ ਕਿਵੇਂ ਭਾਈ ਦਰਸ਼ਨ ਸਿੰਘ ਦੀ ਉਹਨੇ ਉਦੋਂ ਉਹਨਾਂ ਨੇ ਗੱਲ ਕੀਤੀ ਸੀ ਆਰ ਐਸ ਐਸ ਦੇ ਖਿਲਾਫ਼ ਜੀ ਉਹਨਾਂ ਬਾਅਦ ਵਿੱਚ ਬਾਦਲ ਸਰਕਾਰ ਆਈ ਤੇ ਆਰ ਐਸ ਐਸ ਨੇ ਕਿਹਾ ਕਿ ਉਹਨਾਂ ਨੂੰ ਤਖ਼ਤ ਤੋਂ ਵੈਸੇ ਸ਼ਿਕਾਇਤ ਤੱਕ ਪੰਥ ਜਥੇਦਾਰ ਸੀ ਸਾਡਾ ਤਖ਼ਤ ਤਾਂ ਉਹਨੂੰ ਪੰਥ ਤੋਂ ਛੇਕ ਦਿੱਤਾ ਜੀ ਜੀ ਹੋਰ ਕਿਵੇਂ ਗੁਰਦੇਵ ਸਿੰਘ ਕਿਉਂਕਿ ਜਥੇਦਾਰ ਆਇਆ ਤਾਂ ਉਹਨੂੰ ਉਹਨੇ ਪੰਥ ਦੀ ਗੱਲ ਕੀਤੀ
ਬਿਲਕੁਲ ਜੀ, ਉਹਨੂੰ ਉਸ ਟਾਈਮ ਕੌਮ ਨੇ ਸ਼ਹੀਦ, ਉਹਨਾਂ ਪ੍ਰਸ਼ਾਸਨ ਸਰਕਾਰ ਨੇ ਸ਼ਹੀਦ ਕਰ ਦਿੱਤਾ। ਹਾਂਜੀ ਹਾਂਜੀ, ਟੋਟੇ ਟੋਟੇ ਕਰਕੇ, ਟੋਟੇ ਟੋਟੇ ਕਰਕੇ ਦਰਿਆ ਚ ਰੋੜਿਆ ਗਿਆ, ਸਾਡਾ ਪਹਿਲਾ ਹੀ ਕੌਮ ਜਹੇਦਾਰ ਹੋ ਗਿਆ ਕਿਨੂੰ ਦਰਿਆ ਚ ਰੋੜਿਆ ਗਿਆ। ਇਹਨਾਂ ਗੱਲਾਂ ਚ ਕਰਕੇ ਮੈਂ ਹੁਣ ਤੁਹਾਡੇ ਚੈਨਲ ਦੀ ਸਾਰੀ ਕੌਮ ਨੂੰ ਅਪੀਲ ਕਰਨਾ ਚਾਹੁੰਦਾ ਵੀ ਕੱਲ ਨੂੰ 26 ਤਰੀਕ ਦਿਨ ਸੋਮਵਾਰ ਨੂੰ ਸਾਰੀਆਂ ਸੰਗਤਾਂ ਨੂੰ ਮੈਂ ਅਪੀਲ ਕਰਦਾ ਵੀ ਕੱਲ ਆਪਾਂ ਇੱਕ ਇਕੱਠ ਕਰਕੇ ਤੇ ਕਿਹੜਾ ਭਾਈ ਅੰਮ੍ਰਿਤਪਾਲ ਨੂੰ ਆਪਾਂ ਸਾਰੇ ਰਿਹਾ ਕਰਾ ਸਕੀਏ। ਮੇਰੀ ਵੀ ਕੌਮ ਨੂੰ ਸਾਰੇ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਆ ਕੱਲ ਨੂੰ ਪਹੁੰਚਣ ਦੀ 10-11 ਵਜੇ ਡੀਸੀ ਦਫ਼ਤਰ ਇਕੱਠੇ ਹੋਣ ਦੀ ਕਿਰਪਾਲਤਾ ਕਰਨ ਤੇ ਆਪਾਂ ਕਿਹੜੇ ਨੌਜਵਾਨ ਸਿੰਘ ਭੁੱਖੜਤਾਲ ਤੇ ਬੈਠਾ ਹੋਇਆ ਪਰਿਵਾਰ ਜਿਹੜੇ ਇੱਕ ਸਾਲ ਦਾ ਸਮਾਂ ਹੋ ਚੱਲਿਆ ਡਿਬਰੂਗੜ੍ਹ ਜੇਲ੍ਹ ਚ ਬੰਦ ਨੇ ਜੀ ਜੀ, ਉਹਨਾਂ ਸਾਰਿਆਂ ਦੀ ਜੇ ਕੌਮ ਨੇ ਪਿਆਰਵੇ ਨਹੀਂ ਕੀਤੇ ਤੇ ਕੱਲ ਨੂੰ ਕੋਈ ਕੌਮ ਲਈ ਸੰਘਰਸ਼ ਕਰਨ ਨੂੰ ਨੌਜਵਾਨ ਕਰ ਫਿਰ ਜੀ ਕੋਈ ਜੁਰਤ ਨਹੀਂ ਕਰਿਆ ਗਈ ਮੇਰੇ ਪਿੱਛੇ ਕਿਹੜਾ ਮੇਰਾ ਪਰਿਵਾਰ ਬੱਚੇ ਗੱਲ ਫੇਲ ਲੈ ਲੈਣਾ 84 ਦਾ ਸੰਘਰਸ਼ ਕਿਉਂ ਫੇਲ ਹੋਇਆ ਵੀ ਇਸੇ ਕਰਕੇ ਫੇਲ ਹੋਇਆ ਮਗਰੋਂ ਕਿਸੇ ਨੇ ਪੈਰਵੇ ਨਹੀਂ ਕੀਤੀ ਆਪੋ ਤੇ ਕਸਮ ਜਰਨੈਲ ਸਿੰਘ ਸ਼ਹਾਦਤ ਹੋ ਗਈ ਉਦੋਂ ਮਗਰ ਕਿਸੇ ਨੇ ਜੀ ਪੈਰਵੇ ਨਹੀਂ ਕੀਤੀ ਤੇ ਸਿੰਘਾਂ ਦੇ ਪਰਿਵਾਰਾਂ ਦੇ ਬੜੇ ਮੰਦੇ ਹਾਲ ਨੇ ਜੀ। ਜਿਹੜਾ ਬਾਹਰੋਂ ਕਿਸੇ ਕੌਮ ਨੇ ਸੇਵਾ ਕੀਤੀ ਵੱਡੇ ਟਿੱਡਾਂ ਦੇ ਧੰਨ ਚਲਾ ਗਿਆ ਤੇ ਸਿੰਘਾਂ ਦੇ ਪਰਿਵਾਰ ਅੱਜ ਵੀ ਰੁਲਦੇ ਫਿਰਦੇ ਆ ਜੀ। ਹੁਣ ਵੀ ਪ੍ਰਧਾਨ ਸਾਹਿਬ, ਪ੍ਰਧਾਨ ਸਾਹਿਬ ਸ਼ੋਰਟ ਚ ਗੱਲ ਕਰਦੇ ਆ, ਸਵਾਲ ਇੱਕ ਦੋ ਹੋਰ ਵੀ ਹੈਗੇ ਨੇ। ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਜਥੇਬੰਦੀਆਂ ਨੇ ਧਰਨਾ ਅੰਮ੍ਰਿਤਸਰ ਵਿਖੇ 19 ਤਰੀਕ ਤੋਂ ਲਗਾਇਆ ਸੀਗਾ? ਮੇਰੇ 4-5 ਦਿਨ ਹੋ ਗਏ, 4-5 ਦਿਨ ਹੋ ਗਏ ਬੈਠੇ ਨੂੰ ਪਰਿਵਾਰ ਨੂੰ, 5-6 ਦਿਨ ਹੋ ਗਏ। ਤੇ ਪ੍ਰਧਾਨ ਸਾਹਿਬ ਇੱਕ ਸਵਾਲ ਬਹੁਤ ਵੱਡਾ ਹੈਗਾ ਕਿ ਅੱਜ ਤੁਸੀਂ ਨਵਾਂ ਮੋਰਚਾ ਭਾਈ ਅੰਮ੍ਰਿਤਪਾਲ ਸਿੰਘ ਦੇ ਲਈ ਅੰਮ੍ਰਿਤਸਰ ਵਿਖੇ ਲਗਾਇਆ ਹੈ। ਮੈਂ ਨੀ ਜਾ ਉਹਦੇ ਪਰਿਵਾਰ ਨੂੰ ਲਾ, ਮੈਂ ਤਾਂ ਇੱਥੇ ਉਹਨਾਂ ਸਪੋਰਟ ਕਰਕੇ ਆ ਜਾ ਕੇ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਔਰ ਜਥੇਬੰਦੀਆਂ ਨੇ ਲਗਾਇਆ ਜਿਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ, ਦੂਜੇ ਪਾਸੇ ਜਿਹੜਾ ਦੂਜਾ ਬੰਦੀ ਸਿੰਘਾਂ ਦੇ ਵਾਸਤੇ ਜੋ ਮੋਰਚਾ ਉੱਥੇ ਲੱਗਿਆ ਹੋਇਆ ਚੰਡੀਗੜ੍ਹ ਦੇ ਵਿੱਚ, ਇਹ ਵੱਖਰੇ ਤੌਰ ਤੇ ਅਲੱਗ ਕਿਉਂ ਲਾਇਆ ਗਿਆ ਹੈ? ਉਹ ਵੀ ਬੰਦੀ ਸਿੰਘ ਹੈਗੇ ਨੇ, ਉਹ ਵੀ ਮੋਰਚਾ ਜਿਹੜਾ ਬੰਦੀ ਸਿੰਘਾਂ ਦਾ, ਇਹ ਵੀ ਬੰਦੀ ਸਿੰਘਾਂ ਦਾ? ਉਹ ਪਰਿਵਾਰ ਉਹ ਭੁੱਖੜ ਉਹ ਜੇਲ੍ਹ 'ਚ ਬੈਠੇ ਨੇ, ਇਹਨਾਂ ਨੇ ਭੁੱਖੜਤਾਲ ਰੱਖ ਦਿੱਤੀ ਅਰਦਾਸ ਕਰਕੇ ਜੀ। ਜੇ ਨਹੀਂ ਉਹ ਚਲੋ ਸਿੰਘਾਂ ਦੇ, ਉਹ ਵੀ ਸਿੰਘ ਸਾਡੀ ਕੌਮ ਦੇ ਨਾਲ ਗੱਲ ਚੱਲ ਰਹੀ ਆ, ਇਹਨਾਂ ਅਰਦਾਸ ਕਰਕੇ ਭੁੱਖੜਤਾਲ ਤੇ ਬਹਿ ਗਏ ਜੀ। ਦੋ ਚਾਰ ਸਰਕਾਰ ਨਾ ਕਰੋ ਜੇ ਸਿੰਘ ਉਹ ਸਰੀਰ ਛੱਡ ਜਾਣਗੇ, ਨਹੀਂ ਕਰਦੇ ਤਾਂ ਕਰਕੇ ਇਹਨਾਂ ਪਰਿਵਾਰ ਨੇ ਚਲੋ ਉਹਨਾਂ 5 ਤਖਤਾਂ ਤੇ ਅਖੰਡ ਪਾਠ ਸਾਹਿਬ ਵਿਖਾਏ, ਦਰਬਾਰ ਸਾਹਿਬ, ਖਾਲਸਾ ਸਾਹਿਬ ਤੇ ਅਨੰਦਪੁਰ ਸਾਹਿਬ। ਪ੍ਰਧਾਨ ਸਾਹਿਬ ਇੱਕ ਸਵਾਲ ਬਹੁਤ ਵੱਡਾ ਹੈਗਾ ਕੌਮ ਦੇ ਵਾਸਤੇ ਵੀ ਜੇ ਮੋਰਚਾ ਇੱਕ ਇਕੱਠਾ ਕਰ ਦਿੱਤਾ ਜਾਵੇ ਤਾਂ ਉਹਦੇ ਚ ਜ਼ਿਆਦਾ ਸਹਿਯੋਗ ਨਹੀਂ ਹੋਵੇਗਾ ਲੋਕਾਂ ਦਾ? ਚਲੋ ਇਹ ਤਾਂ ਵਧੀਆ ਗੱਲ, ਸਲਾਹ ਕਰਕੇ ਇਕੱਠਾ ਹੋ ਜਾਵੇ, ਵਧੀਆ ਗੱਲ ਬਾਅਦ ਵਿੱਚ ਚਲੋ ਹੋ ਜਾਵੇ। ਇੱਕ ਵੀ ਪਰਿਵਾਰ ਮਤਲਬ ਕਿ ਉਹ ਬੈਠਾ ਵੱਖ ਵੱਖ ਬੈਠਾ, ਉਹਦਾ ਆਪਾਂ ਕਿਹੜਾ ਉਹਨਾਂ ਲਿਖਿਆ ਪ੍ਰੋਗਰਾਮ ਤੇ ਉਹ ਕਿਹੜਾ ਪ੍ਰੋਗਰਾਮ ਜ਼ਰੂਰੀ ਹੈਗਾ ਵੀ ਸਿੰਘਾਂ ਨੂੰ ਕੋਈ ਨੁਕਸਾਨ ਹੋਏ ਤੇ ਉਹ ਪਹਿਲਾਂ ਚੱਲ ਰਿਹਾ, ਉਹ ਤੋਂ ਬਾਅਦ ਵਿੱਚ ਤਾਂ ਪ੍ਰਧਾਨ ਸਾਹਿਬ ਫਿਰ ਆਪਣੀ ਵੱਖਰੀ ਵੱਖਰੀ ਜਿਵੇਂ ਕਹਿੰਦੇ ਨਾ ਵੱਖਰੀ ਵੱਖਰੀ ਡਫਲੀ ਵਜਾਉਣ ਵਾਲੀ ਗੱਲ ਹੋ ਗਈ, ਡਫਲੀ ਗੱਲ ਵਜਾਉਣ ਦੀ ਗੱਲ ਨਹੀਂ ਸੀ ਜੀ। ਉਹਨਾਂ ਨੇ ਸੀਰੀਅਸ ਹੈਗਾ ਕੰਮ, ਬਹੁਤ ਸੀਰੀਅਸ ਹੈਗਾ ਭਾਈ ਅੰਮ੍ਰਿਤਪਾਲ ਵਾਲਾ ਜੀ ਜੀ, ਉਹ ਮੋਰਚਾ ਪੱਕਾ ਲੱਗਾ ਹੋਇਆ ਚੱਲ ਰਿਹਾ, ਉਹ ਸੀਰੀਅਸ ਵਾਲਾ ਹੈਗਾ, ਉਹਨਾਂ ਦਾ ਕੜੀ ਸਿਹਤ ਵਾਲੀ ਸੀਰੀਅਸ ਚਲਾ ਗਿਆ ਤੇ ਕੁਛ ਵੀ ਹੋ ਸਕਦਾ ਜੀ। ਇਸ ਕਰਕੇ ਉਹ ਬੈਠੇ ਨੇ, ਉਹਨਾਂ ਸਾਥ ਦੇਣਾ ਚਾਹੀਦਾ, ਕਦੋਂ ਰਿਆਜ਼ ਹੋਣਗੇ ਉਦੋਂ ਜਾ ਕੇ ਬੇਨਤੀ ਕਰਾਂਗੇ ਵੀ ਭਾਈ ਮੋਰਚਾ ਇਕੱਠਾ ਕਰ ਲਓ। ਪ੍ਰਧਾਨ ਸਾਹਿਬ ਖੀਰਲਾ ਸਵਾਲ ਹੈਗਾ, ਥੋੜੇ ਸ਼ਬਦਾਂ ਵਿੱਚ ਗੱਲ ਕਰਾਂਗੇ, 2015 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦਾ ਕੋਈ ਵੀ ਮੋਰਚਾ ਲੱਗਿਆ, ਸੰਗਤਾਂ ਨੇ ਲੱਖਾਂ ਦੇ ਨਾਲ ਉੱਥੇ ਇਕੱਠ ਕੀਤਾ, ਸੰਗਤਾਂ ਦਾ ਬਹੁਤ ਜ਼ਿਆਦਾ ਸਹਿਯੋਗ ਸੀਗਾ, ਲੇਕਿਨ ਜਿਹੜਾ ਮੋਰਚਾ ਜਿੱਤ ਵਾਲੇ ਪਾਸੇ ਨੂੰ ਕੋਈ ਅੱਜ ਤੱਕ ਨਹੀਂ ਗਿਆ, ਕੀ ਕਾਰਨ ਹੈਗਾ? ਕੋਈ ਵਿੱਚ ਗਦਾਰ ਵੀ ਹੈਗੇ ਨੇ ਲੋਕ? ਦੇਖੋ ਤੈਨੂੰ ਪਹਿਲਾਂ ਗੱਲ ਕਰਕੇ ਹਟਿਆ ਵੀ ਉਹ ਸਰਕਾਰਾਂ ਬੜੀਆਂ ਸ਼ਾਤਰ ਜਮਾ ਹੈਗੀਆਂ ਨੇ, ਮੋਰਚੇ ਫੇਲ ਮੈਂ ਉਹਨੂੰ ਲਾਇਆ ਸੀ ਸੁਲਤਾਨਪੁਰ ਲੋਧੀ, ਮੈਂ ਪਵਿੱਤਰ ਸ਼ਹਿਰ ਕਰਾ ਕੇ ਉੱਠਿਆ, ਭੁੱਖੜ ਤੋਂ ਰੱਖੀ ਪਵਿੱਤਰ ਸ਼ਹਿਰ ਕਰਾ ਕੇ ਉੱਠਿਆ, ਅੱਜ ਵੀ ਠੇਕੇ ਸ਼ਰਾਬ ਤੰਬਾਕੂ ਉੱਥੇ ਬੰਦ ਹੈਗਾ ਹੈ ਜੀ। ਤੇ ਕਿਹੜੇ ਮੋਰਚੇ ਲਾਉਂਦੇ ਉਹ ਵਿੱਚ ਗੱਲਾਂ ਸਿੰਘ ਹੋਰ ਇੱਕ ਮੋਰਚੇ ਨਾਲ ਹੋਰ ਪਾਸੇ ਲੈ ਦੀ, ਸਰਕਾਰ ਹੋਰ ਪਾਸੇ ਨੂੰ ਜਾਣਾ ਚਾਹੁੰਦੀ ਹੁੰਦੀ, ਪ੍ਰਸ਼ਾਸਨ ਕਿ ਸਰਕਾਰ ਕੋਈ ਵੀ ਹੋਵੇ, ਅਕਾਲੀ ਸਰਕਾਰ ਹੋਵੇ, ਬਾਦਲ ਸਰਕਾਰ ਹੋਵੇ, ਕਾਂਗਰਸ ਸਰਕਾਰ ਹੋਵੇ, ਬਰਗਾੜੀ ਮੋਰਚਾ ਲੱਗ ਗਿਆ, ਚੰਡੀਗੜ੍ਹ ਵਾਲਾ ਮੋਰਚਾ ਲੱਗ ਗਿਆ, ਉਹ ਵਾਅਦੇ ਬੜੇ ਕਰਦੇ ਆ ਪਰ ਉਹ
ਫਸਲ ਸਿੰਘਾਂ ਨੂੰ ਰਿਆ ਨਹੀਂ ਕਰਨ ਚਾਹੁੰਦੇ ਵੀ ਉਦੋਂ ਪਿੱਛੇ ਸੈਂਟਰ ਦੀਆਂ ਏਜੰਸੀਆਂ ਉਹਨਾਂ ਦੇ ਪਿੱਛੇ ਖੜੀਆਂ ਹੁੰਦੀਆਂ ਵੀ ਇਹ ਕਰ ਦਿਓ ਉਹ ਕਰਾ ਦਿਓ, ਉਸ ਕਰਕੇ ਉਹ ਮੋਰਚੇ ਸਿੰਘ ਜਿਹੜੇ ਭਲੇ ਮਨਸ ਦੇ ਗੱਲਾਂ 'ਚ ਆ ਜਾਂਦੇ ਆ ਅਤੇ ਉੱਥੇ ਨੌਜਵਾਨਾਂ ਟਕਰਾਅ ਕਰਾ ਦਿੰਦੇ ਅਤੇ ਵਿੱਚ ਮੋਰਚਾ ਖਤਮ ਹੋ ਜਾਂਦਾ। ਆਖਿਰਕਾਰ ਜਿਹੜੇ ਆਗੂ ਹੈਗੇ ਨੇ ਇਸ 'ਤੇ ਅਮਲ ਨਹੀਂ ਕਰਦੇ ਜਾਂ ਕੋਈ ਵੱਡਾ ਕਦਮ ਨਹੀਂ ਚੱਕਦੇ। ਉਹ ਕਹਿੰਦੇ ਵੀ ਮੈਂ ਲੀਡਰ ਬਣਜਾ, ਇੱਕ ਤਾਂ ਸਿੱਖ ਕੌਮ ਨੂੰ ਸਾਡੇ ਕਿਹੜੇ ਬਜ਼ੁਰਗ ਸੀ, ਇੱਕ ਤਾਂ ਸਾਡੇ ਮੋਰਚੇ ਲੱਗਦੇ ਸੀ ਸਾਰੇ ਕੌਮ ਨੂੰ ਨਾਲ ਲੈ ਕੇ ਚੱਲਦੇ ਸੀ। ਜੀ ਜੀ, ਇਹ ਇਕੱਠੇ ਕਰਨ ਦੀ ਇਹਨਾਂ ਨੇ ਸਮਰੱਥਾ ਨਹੀਂ ਕੌਮ ਨੂੰ, ਕਿਹੜੇ ਲੀਡਰ ਬਣਦੇ ਹੋ ਤਾਂ ਮੈਂ ਲੀਡਰ ਹਾਂ, ਬਸ ਮੈਂ ਚਾਹੇਦਾਰ ਮੈਂ ਰੱਬ ਹਾਂ। ਜੀ, ਜਦੋਂ ਗੱਲ ਖਤਮ ਹੋ ਜਾਊਗੀ ਕੌਮ ਨੂੰ ਇਕੱਠੇ ਕਰਕੇ ਚੱਲਣਗੇ, ਇੱਕ ਪਲੇਟਫਾਰਮ ਤੇ ਗੱਲ ਕਰਨਗੇ, ਗੁਰੂ ਦੇ ਪੰਜ ਪ੍ਰਧਾਨੀ ਸਿਸਟਮ ਲਾਗੂ ਹੋ ਜਾਊਗਾ ਸਾਡੇ ਚ। ਜੀ ਜੀ, ਪੰਜਾਂ ਸਿੰਘਾਂ ਦੀ ਗੱਲ ਹੋਊਗੀ, ਪੰਜਾਂ ਦਾ ਫੈਸਲਾ ਹੋਊਗਾ, ਇੱਕ ਦਾ ਫੈਸਲਾ ਕਿੰਨਾ ਖਤਮ ਨਹੀਂ ਹੁੰਦਾ ਕੌਮ ਚ, ਇੱਕ ਬੰਦੇ ਦਾ ਫੈਸਲਾ ਠੋਸਿਆ ਗਿਆ। ਬਿਲਕੁਲ ਜੀ, ਕਿੰਨਾ ਚਿਰ ਪੰਜ ਪ੍ਰਧਾਨੀ ਨਹੀਂ ਆਉਂਦੀ ਉਨਾ ਚਿਰ ਕੌਮ ਇਕੱਠੀ ਨਹੀਂ ਹੋ ਸਕਦੀ, ਜੇ ਪੰਜ ਪ੍ਰਧਾਨੀ ਆਊਗੀ ਤਾਂ ਕੌਮ ਇਕੱਠੀ ਹੋਊਗੀ। ਜੀ ਜੀ, ਇਹ ਗੱਲ ਜੀ। ਹਾਂਜੀ, ਠੀਕ ਹੈ ਪ੍ਰਧਾਨ ਸਾਹਿਬ ਜੀ, ਸਮਾਂ ਦੇਣ ਵਾਸਤੇ ਆਪ ਜੀ ਦਾ ਧੰਨਵਾਦ ਜੀ। ਧੰਨਵਾਦ ਜੀ ਵੀਰ ਜੀ, ਬਹੁਤ ਆਪ ਜੀ ਦੇ ਸਵਾਲ